ਤੇਰੇ ਕੋਲੇ ਅਤੇ ਲੰਮੇ ਲੰਮੇ ਵਾਲ ਉਹ ਮਾਰੋ ਜਾਂਦੇ ਰੇਤਾ ਜੁਲੋ ਮਾੜੇ ਨਾਲ ਤੈ ਮਿੱਕੀ ਬੜੇ ਸੋਹਣੇ ਲੱਗੇ ਉਹ ਮਾਰੋ ਕਿੱਕੀ ਤੈ ਜੁਲੋ ਮਾੜੇ ਨਾਲ ਤੈ ਮਿੱਕੀ ਬੜੇ ਸੋਹਣੇ ਲੱਗੇ ਉਹ ਵਾਹ ਜੀ ਵਾਹ। ਹਾਂਜੀ ਅਸਲਾਮ ਅਲੈਕਮ, ਉਮੀਦ ਕਰਸਾਂ ਸਾਰੇ ਭੈਣਾਂ ਭਰਾ ਠੀਕ ਹੈ। ਮੈਂ ਮਨਸੂਰ ਜੱਟ ਜੀ ਬਿਲਕੁਲ ਤਕੜਾ ਸੋ ਆੜੀਆਂ ਬਾੜੀਆਂ ਫਿਰਨੇ ਲੱਗੇ ਹਾਂ। ਅੱਜ ਮੌਸਮ ਬੜਾ ਖੂਬਸੂਰਤ ਹੈ, ਮੌਸਮ ਅੱਜ ਜਿਹੜਾ ਆ ਸਹੀ ਲਹਿਰਾਂ 'ਚ ਲਿਸ਼ਕੇ ਆ, ਮੌਸਮ ਅੱਜ ਠੰਡਾ ਆ, ਠੰਡੀ ਹਵਾ ਚੁਲੀ ਰਹੀ ਆ, ਚੜ੍ਹ ਪਿਆ ਤਾਂ ਹੁਣ ਜਨਾਬ ਜੁਲਨੇ ਹਾਂ ਅਸਾਂ ਜਨਾਬ ਜੀ। ਅੱਜ ਕਟਾਉਣੇ ਬਾਲ, ਕਿਹੜੀ ਖੁਸ਼ੀ 'ਚ ਬਾਲ ਕਟੇ ਰਹੇ ਹਾਂ ਤੁਸੀਂ ਕੀ ਬਾਸਾਂ, ਕਿਉਂਕਿ ਇੰਗਲੈਂਡ ਜਾਣ ਵਾਲੇ ਸੇ ਪਹਿਲੇ ਬਾਲ ਜਨਾਬ ਕਟਾਉਣੇ ਪਏ ਸਨ ਅਤੇ ਹੁਣ ਜਨਾਬ ਜੁਲਨੇ ਅੱਗੇ ਤੁਸੀਂ ਕੀ ਦੱਸਣੇ ਆ ਮੌਸਮ ਕੈਸਾ ਆ। ਮੌਸਮ ਸਹੀ ਲਿਸ਼ਕੇ ਆ ਔਰ ਖੜਕੇ ਆ, ਬਾਕੀ ਮੌਸਮ ਚੈੱਕ ਕਰੋ ਜੀ। ਮਾਸ਼ਾਅੱਲਾ ਬੜਾ ਖੂਬਸੂਰਤ ਮੌਸਮ ਅੱਜ ਚੜ੍ਹ ਪਿਆ, ਚੜ੍ਹ ਪਿਆ ਮੌਸਮ ਠੱਡਾ ਸਹੀ। ਬਾਕੀ ਤਾਂ ਕਹਿੰਦੇ ਸੋ ਦੇ ਥੋੜ੍ਹਾ ਦਿਸਣਾ ਲੱਗੇ ਆ, ਹੁਣ ਜੁਲਨੇ ਅੱਗੇ ਇਨਸ਼ਾਅੱਲਾ। ਅੱਜ ਦੀ ਵੀਡੀਓ ਸੀ ਬੜੇ ਮਜ਼ੇ ਨੇ, ਹੁਣ ਜੁਲਨੇ ਆ ਪਾਰ ਦੁਕਾਨਾਂ ਮਤਕ ਸਾਂ ਦੁਕਾਨ ਖੁੱਲ੍ਹੀ ਆ, ਉਹਨੀ ਬਾਲ ਕੱਢਣ ਲਈ ਉੱਥੋਂ ਬਾਲ ਕਟਾਉਣੇ ਆ, ਕਿਹੜੀ ਖੁਸ਼ੀ 'ਚ ਬਾਲ ਟੇ ਰਹੇ ਹਾਂ ਤੁਸੀਂ ਪਾਉਣੇ ਆ ਅੱਗੇ। ਐਂ ਤਾਂ ਕੋਈ ਸਰਕਾਰ ਜੀ ਇੱਥੇ ਜਨਾਬ ਮੰਜੀਆਂ ਚਰੀ ਦੀਆਂ, ਤਾਂ ਕਹਿੰਦੇ ਸੋ ਮੰਜੀਆਂ ਚਰਨੀਆਂ ਲੱਗੀਆਂ ਬਾੜੀਆਂ 'ਚ, ਤੁਸੀਂ ਪਤਾ ਖੁੱਲ੍ਹਣ ਤੱਕੋ ਪੂਰਾ ਇੱਕ ਦੇਸੀ ਮਾਹੌਲ ਹੈ। ਬਾਕੀ ਮੌਸਮ ਤੁਸੀਂ ਦੱਸਿਆ ਸੀ ਪਹਿਲੀ ਵੀ, ਐਤਕੋ ਜੀ ਮੌਸਮ ਐ ਦੁਕਾਨਾਂ ਪਹੁੰਚਿਆ ਜਾਂ ਤੱਕ ਨੇ ਸੋ ਐਤਕੋ ਜੀ ਸਾਡੇ ਯਾਰ ਸਾਹਿਬ ਅਸਲਾਮ ਅਲੈਕਮ। ਅਸਲਾਮ ਠੀਕ ਹੋ? ਠੀਕ ਠਾਕ। ਕੋਈ ਤਿਆਰੀ ਹੋਈ ਆ ਟੋਲ ਪੂਰੀ ਤੇ? ਐ ਵੀ ਸ਼ਾਦੀ ਹੋ ਗਈ, ਦੁਆ ਕਰੀ ਨਾ ਵਿਆਹ ਹੋਇਆ ਤੇ ਤੁਸੀਂ ਦੱਸ। ਐਤਕੋ ਜੀ ਬਵਾ ਸ਼ਾਨ ਮਾਸ਼ਾਅੱਲਾ ਸੱਦੇ ਦੇਣੇ ਜਨਾਬ, ਸ਼ਾਦੀਆਂ ਨੇ ਖਤਮੇ ਨੇ ਔਰ ਠੀਕ ਹੋ? ਠੀਕ ਹੋ। ਅੱਜ ਬੜੀ ਟੋਰਾਂ ਚੋ ਲਹਿਰਾਂ ਚੋ ਹੈ ਰਹਿਣਾ, ਲਹਿਰਾਂ ਹੀ ਰੱਖਿਆ। ਇੱਕੋ ਤਿਆਰੀ ਹੋਈ ਹੈ ਜਰੇ, ਕੋ ਕੰਮੇ ਪਰੋ ਜਾ ਵੈਸੇ ਫਿਰਨੇ ਹੋ? ਵੈਸੇ ਜਾਸਾਂ। ਅੱਛਾ ਹੋਰ ਸੁਣਾਓ? ਸ਼ੁਕਰ ਜਨਾਬ। ਇਹਨੇ ਕੀ ਕਿੰਨਾ ਟਾਈਮ ਹੋ ਗਿਆ ਤੁਸੀਂ ਇਹ ਕੰਮ ਕਰਨੇ ਆ ਸਦੇ ਹਦੇ ਨਾ? 28 ਸਾਲ। 28 ਸਾਲ ਹੋ ਗਿਆ, ਆਹ ਨਿੱਕੇ ਨਿੱਕੇ ਹੋਣੇ ਸਾਂ। ਹਾਂ ਪੂਰੇ ਇਲਾਕੇ ਜਨਾਬ ਇਹ ਸਦੇ ਦੇਣੇ, ਸ਼ਾਦੀ ਨੇ, ਖਤਮੇ ਨੇ, ਹੋਰ ਕੋਈ ਹੋਈ ਆ ਫੰਕਸ਼ਨ ਤਾਂ? ਹੋਰ ਸਿਹਤ ਠੀਕ ਹੈ ਹੁਣ? ਸਿਹਤ ਕੁਛ ਜਰਮੈਣੀ ਦੀ ਆ। ਹਾਂ ਸ਼ੁਕਰ ਠੀਕ। ਇਹਦਾ ਸਹੀ ਸ਼ਾਦੀਆਂ ਚਾਹੀਦੀਆਂ? ਸ਼ਾਦੀਆਂ ਚਾਹੀਦੀਆਂ ਨਾ, ਹੁਣ ਇਹ ਦੁਆ ਨਹੀਂ ਰੋਸੀ ਨਾ। ਅੱਛਾ ਸਾਡੇ ਦੋਸਤ ਭਾਈ ਢੋਲਕੀ ਸਾਹਿਬ ਔਰ ਭਾਈ ਢੋਲਕੀ, ਅੱਜ ਕਿਆ ਸੁਣਾ ਸੋ ਕੀ ਕੁਛ ਸੁਣਾ ਸੋ ਕੁਝ ਨੀ ਕੁਝ ਅੱਜ ਕੋਈ ਦੁਆ ਸ਼ਕਰ ਸੋਣਾ। ਮੌਸਮ ਸਹੀ ਮੰਤੇ ਆ, ਬਾਰਿਸ਼ ਵਾਲਾ ਬਾਰਿਸ਼ ਹੋਈ ਜਾਏ, ਥੋੜਾ ਜਿਹਾ ਪ੍ਰੋਗਰਾਮ ਲੋਣਾ ਉੱਥੇ ਨਾਲ। ਦੋ ਮਿੰਟ ਐ ਤਾਂ ਕੋਈ ਜਨਾਬ ਕਰ ਲਿਆ ਹੋ? ਦੂਏ ਯਾਰ ਕੋਈ ਗਏ ਨੇ? ਦੂਏ ਯਾਰ ਛੁੱਟ ਗਏ? ਮੋਟਰਸਾਈਕਲ ਕਿਹੜਾ ਹੁਣ? ਇੱਥੇ ਉੱਥੇ ਸਾਈਡ ਛੋੜੋ। ਐ ਤਾਂ ਕੋਈ ਮਾਸ਼ਾਅੱਲਾ ਸਾਡੇ ਅੱਛੇ ਦੋਸਤ ਭਾਈ ਢੋਲਕੀ ਸਾਹਿਬ, ਇਹਨੇ ਭਾਈ ਢੋਲਕੀ ਮਦਦ ਨਾਲ ਬੱਧੀ ਵੀ ਹੈ, ਇਹ ਇਸੇ ਤੇ ਟੁਰਨੇ ਉਸਕੀ ਇਹ ਕਿਆ ਉਹ ਕੁਝ ਨਹੀਂ ਜਾਮਾ ਮੋਟਰਸਾਈਕਲ ਹੋਣਾ ਸੀ ਪਹਿਲੇ ਉਹ ਪੈਟਰੋਲ ਭੁਖਾਉਣਾ ਆ ਉਹ ਜਨਾਬ ਇਹਦਾ ਬਾਰਿਸ਼ ਸ਼ਰ ਜੀ ਦੁਆ ਮੰਗ ਸੁਣੋ ਕੋਈ ਇਨਸ਼ਾਅੱਲਾ। ਸ਼ਟਰ ਨਾਲ ਹੋਈ ਉਹਨੂੰ ਕੀ ਕਹਿ ਬੋਲ ਸੋ ਬਾਰਿਸ਼ ਨਹੀਂ ਐ ਤਾਂ ਕੋ ਜੀ ਹੁਣ ਬਾਰਿਸ਼ ਨਹੀਂ ਹੋਣ ਲੱਗੀ ਵੀ ਅੱਲਾ ਦੇਸੀ ਬਾਰਿਸ਼ ਹਾਂ ਤਾਂ ਫਸਲ ਰੜਨ ਪਰਿੰਦੇ ਭੁੱਖੇ ਮਰਨੇ ਨੇ ਪਾਣੀਆਂ ਤੋਂ ਉਹ ਮਰਦ ਮੰਗਾ
ਆਵਾਜ਼ ਥੋੜੀ ਜਿਹੀ ਇਹਦੇ ਆਵਾਜ਼ ਹੈ ਓ ਬੱਲੀ ਅੱਲਾ ਦੇ ਬਾਕੀ ਜਨਾਬ ਤਕਣੇ ਦੱਸੋ ਜਨਾਬ ਬੜੇ ਅਰਸੇ ਤੁਸੀਂ ਨਿੱਕੀ ਹੋਣੀ ਸਾਂ ਮਾਰ ਜੰਦਰ ਇਹ ਟੁੜਕੀ ਵਗੈਰਾ ਬੋਲੀ ਮੋਟਰਸਾਈਕਲ ਬਣਿਆ ਬੋਲੋ ਮਾਰੋ ਜਾਂਦਰ ਕਿਸੇ ਵੇਖੋ ਲੈ ਲੰਮੇ ਲੰਮੇ ਵਾਲ ਉਹ ਮਾਰੋ ਜਾਂਦਰ ਤੈ ਜੁਲੋ ਮਾੜੇ ਨਾਲ ਤੈ ਵਿੱਕੀ ਬੜੇ ਸੋਹਣੇ ਲੱਗੇ ਉਹ ਮਾਰੋ ਜਾਂਦਰ ਤੈ ਜੁਲੋ ਉਹ ਮਾਰੋ ਕਿੱਕ ਜਿਸੋ ਕਿਸੇ ਹੋ ਬੋਲੋ ਮਾਰੋ ਕਿੱਕ ਉਹ ਮਾਰੋ ਕਿੱਕ ਹੀ ਤੈ ਜੁਲੋ ਮਾੜੇ ਨਾਲ ਤੈ ਵਿੱਕੀ ਬੜੇ ਸੋਹਣੇ ਲੱਗੇ ਉਹ ਵਾਹ ਜੀ ਵਾਹ ਉਹ ਮਾਰੋ ਪੰਗੜੇ ਮਾਰੋ ਓਕੇ ਜੀ ਬਾਏ ਬਾਏ ਬੜਾ ਸੋਹਣੇ ਵਾਲਾ ਕਿਸਾ ਕਿਲੋ ਆ ਜਨਾਬ ਪੂਰੀ ਬਾਲਟੀ ਖੜਸੋ ਕਦੇ ਕਦੇ ਤੁਸੀਂ ਲਾਗੇ ਬੜੇ ਅੰਬ ਹੋਣੇ ਸਨ ਹੁਣ ਲੱਗੇ ਨਾ ਕੋਈ ਜੀ ਚਾਚਾ ਜਨਾਬ ਅੰਬੇ ਥੋਏ ਤਰਨੋਟ ਅੰਬੇ ਅੰਬੇ ਉਹ ਕਿਹੜੇ ਮੌਸਮ ਢੋਲੇ ਪਕੜੇ ਮੋਟਰਸਾਈਕਲ ਬਾਹਰ ਖਲਦੇ ਆ ਕੋਈ ਮਸਲਾ ਲੈ ਜਿਸਾ ਬਿਲਕੁਲ ਜੀ ਬਾਕੀ ਭੁੱਲ ਗਿਆ ਚਾਰ ਰੱਖੇ ਆ ਨੇ ਬਿਲਕੁਲ ਚਾਰ ਜਨਾਬ ਬਾਅਦ ਖੜਸਣ ਫਿਰ ਤੰਦੂਰੀ ਚ ਬਾਕੀ ਰੱਖਣੇ ਉਸ ਤੰਦੂਰੀ ਚ ਕਰਬੋਈ ਨੇ ਗੋਸ਼ਤ ਪੱਕੀ ਰਿਹਾ ਸਹੀ ਜਨਾਬ ਜੀ ਟੇਮ ਲਸ਼ਕਿਆ ਖੜਕਿਆ ਦੇ ਰਿਹਾ
ਬਾਕੀ ਤੱਕਣੇ ਦੱਸੋ ਇਹ ਜਨਾਬ ਬੋਟੀਆਂ ਇਹ ਤੇਲ ਹੈ ਵਿੱਚ ਕੜਾਹੀ 'ਚ ਇੰਨੀ ਮਸਾਲ ਲੱਗੇ ਆ ਇਹ ਪਕਾਸਨ ਤੇਲ ਹੈ ਕੜਾਹੀ 'ਚ ਇਹ ਦੇਖੋ ਪਾਤਰਾ 'ਚ ਪਾਤਰਾ ਠੀਕ ਆ ਬਾਕੀ ਤਾਂ ਤੇਲ ਪੇਸੀ ਤੇਲ 'ਚ ਪਕਸਨ ਤੇਲ 'ਚ ਜਨਾਬ 'ਚ ਮਸਾਲੇ ਦੀਆਂ ਬੋਟੀਆਂ ਸਮਝੀ ਤੇਲ ਵਾਲੀ ਚਿਕਨ ਬੋਟੀ ਹੈ ਇਹ ਕੜਾਹੀ ਬੋਟੀ ਹੈ